ਤੁਸੀਂ ਆ ਜਾਓਗੇ ਜੇ ਧਮਾਕਾ ਕਰੋਗੇ। ਉਹ ਅਜੇ ਜ਼ਿੰਦਾ ਨੇ, ਉਹਨਾਂ ਨੂੰ ਪੁੱਛ ਲਓ ਸੈਨੇਟਰ ਨੇ। ਮੈਂ ਪੱਕੀ ਗੱਲ ਪਿਆ ਕਰਨਾ, ਉਹਨਾਂ ਆਖਿਆ ਉਹਨਾਂ ਜਨਤ ਇੱਕ ਵਜ਼ੀਰਸਤਾਨ 'ਚ ਬਣਾਈ ਹੈ ਜਿਹੜੀ ਬੱਚਿਆਂ ਨੂੰ ਵਿਖਾਉਂਦੇ ਨੇ ਕਿ ਅਗਰ ਤੁਸੀਂ ਫਟ ਜਾਓਗੇ ਜਲਦੀ ਜਲਦੀ ਤਾਂ ਤੁਹਾਡੇ ਟੁਕੜੇ ਟੁਕੜੇ ਹੋ ਜਾਣਗੇ ਤਾਂ ਸਿੱਧੇ ਇੱਥੇ ਆਓਗੇ। ਆਖਿਰ ਜੰਨਤ ਦਾ ਕੋਈ ਤਸੱਵਰ ਜਿਹੜਾ ਦਿੱਤਾ ਗਿਆ ਕੁਰਾਨ 'ਚ, ਉਹਦੇ ਮੁਤਾਬਕ ਕੋਈ ਖਜੂਰਾਂ, ਕੋਈ ਵਿੱਚ ਸੇਬ, ਆ ਵਿੱਚ ਕੋਈ ਮਤਲਬ ਕੋਈ ਬੇਰ ਸ਼ੇਰ, ਵਿੱਚ ਕੋਈ ਇੱਕ ਅੱਧੀ ਹੋਰ ਮਾੜੀ ਚੰਗੀ ਕੋਈ ਰੱਖੀ ਹੋਵੇ। ਉਹ ਚਲੋ ਉੱਡੀ ਖੂਬਸੂਰਤ ਨਾ ਸਹੀ ਜਿਹੜੀਆਂ ਜੰਨਤ 'ਚ ਨੇ, ਇੱਥੇ ਵੀ ਜਿਹਨੇ ਜੰਨਤ ਬਣਾਈ ਹੈ ਜੰਨਤ 'ਚ ਅੱਲਾ ਫਰਮਾਉਂਦਾ ਦੁੱਧ ਦੀਆਂ ਨਹਿਰਾਂ ਨੇ, ਦੁੱਧ ਵੀ ਕੋਈ ਰੱਖਿਆ ਹੋਵੇਗਾ ਥੋੜ੍ਹਾ ਬਹੁਤ, ਉਹ ਨਹਿਰ ਨਾ ਹੋਵੇਗਾ ਕੋਈ ਛੋਟੀ ਮੋਟੀ ਖਾਲ ਛਾਲ ਦੁੱਧ ਦੀ ਹੋਵੇ, ਉਹ ਡਰਮੀ ਰੱਖੀ ਹੋਣੀ ਹੈ ਸ਼ਹਿਦ ਦੀ ਉੱਤੇ ਹੋਵੇਗਾ, ਸ਼ਹਿਦ ਦੀਆਂ ਵੀ ਨਹਿਰਾਂ ਨੇ ਉਹਨਾਂ ਨੂੰ ਸ਼ਹਿਦ ਦੀ ਬੋਤਲ ਰੱਖੀ ਹੋਵੇਗੀ, ਸ਼ਰਾਬ ਦੀਆਂ ਨਹਿਰਾਂ ਨੇ ਕੋਈ ਸ਼ਰਾਬ ਵੀ ਕੋਈ ਮਾੜੀ ਚੰਗੀ ਰੱਖੀ ਹੋਵੇਗੀ। ਅੱਛਾ ਇਹਦਾ ਮਤਲਬ ਹੈ ਕਿ ਹੂਰਾਂ ਨੇ ਹਿਲਮਾਨ ਨੇ ਜੰਨਤ ਦਾ ਸਾਰਾ ਤਸੱਵਰ ਮੌਜੂਦ ਹੈ ਨਾ ਆਖਿਰ ਜਿਹਨੇ ਬਣਾਈ ਹੈ, ਜਿਸ ਬਣਾਈ ਹੈ। ਮੈਂ ਉਸ ਮੌਲਵੀ ਨੂੰ ਪੁੱਛਣਾ ਵੀ ਤੂੰ ਜੰਨਤ ਵਰਗੀ ਜੰਨਤ ਬਣਾ ਕੇ ਵੀ ਸ਼ਬੀਆਂ ਦੇ ਖਿਲਾਫ ਬਕਵਾਸ ਕਰ ਰਿਹਾ। ਜੰਨਤ ਵਰਗੀ ਜੰਨਤ ਬਣਾਈ ਹੈ ਸ਼ਬੀ, ਹੋਰ ਕੀ ਨੁਮਾ ਦੇ ਸ਼ਬੀ ਬਣਾਈ ਆ, ਉਹਦੇ ਚ ਕੋਈ ਦੋ ਤਰ੍ਹਾਂ ਹੋਰਾਂ ਵੀ ਤੂੰ ਰੱਖੀਆਂ ਹੋਣਗੀਆਂ, ਉਹ 10 ਫਿਲਮਾਨ ਵੀ ਰੱਖੇ ਹੀ ਹੋਣਗੇ। ਆਖਿਰ ਬੱਚੇ ਨੂੰ ਖਾਈ ਆ, ਆਹ ਸਾਡੇ ਬੱਚੇ ਛੋਟੇ ਬੈਠੇ ਨੇ, ਇਹ ਵੀ ਏਡੇ ਏਡੇ ਨੇ, ਸੇਬ ਇਹਨਾਂ ਨੂੰ ਚੰਗੇ ਲੱਗਦੇ ਨੇ, ਸ਼ਾਇਦ ਦੁੱਧ ਇਹਨਾਂ ਨੂੰ ਚੰਗਾ ਲੱਗਦਾ। ਤੂੰ ਜ਼ਮਾਨਤ ਦੇ ਕੇ ਇੱਕ ਬੱਚਾ ਲੈ ਜਾ, ਉਹ ਤੇਰਿਆਂ ਬੱਚਿਆਂ ਨੂੰ ਕੀ, ਇੱਕੋ ਹੀ ਗੱਲ ਹੈ ਤੇਰਿਆਂ ਬੱਚਿਆਂ 'ਚ ਇੱਕ ਕਮੀ ਹੈ ਕਿ ਉਹ ਮਜਲਿਸ 'ਚ ਨਹੀਂ ਆਉਂਦੇ। ਇਹ ਜਿਹੜਾ ਮਜਲਿਸ 'ਚ ਮਾਂ ਨੇ ਬਿਠਾਇਆ ਨਾ, ਇਹ ਸਾਡੇ ਕੋਲ ਜ਼ਮਾਨਤ ਦੇ ਕੇ ਲੈ ਜਾ, ਇਹਨੂੰ ਵਿਖਾ ਖਾਓ ਵਜ਼ੀਰਿਸਤਾਨ ਵਾਲੀਆਂ ਹੂਰਾਂ ਤੇ ਗਿਲਮਾਨ ਤੇ ਸ਼ਹਿਦ ਤੇ ਦੁੱਧ ਤੇ ਖਰੂਟ ਸਾਰਾ ਵਿਖਾ ਖਾਓ। ਜੇ ਤੇਰੇ ਆਖੇ ਲੱਗ ਗਿਆ ਨਾ ਸਾਡਾ ਬੱਚਾ ਨਾ, ਤੇਰੇ ਆਖੇ ਲੱਗ ਗਿਆ ਨਾ ਤੂੰ ਮੁਫਤੀ ਹੈ ਤੇ ਇਹ ਕੀਮਤੀ ਹੈ। ਜੀ ਜੀ ਸਾਡਾ ਪੂਰਾ ਕਿੰਨਾ ਇਮਾਨ ਹੈ ਕਿ ਤੂੰ ਮੁਫਤੀ ਹੈ, ਇਹਨੂੰ ਮਨਾ ਖਾਓ, ਤੇਰੇ ਬਾਲ ਤਿਆਰ ਹੋ ਜਾਂਦੇ ਨੇ ਖੁਦ ਕੁਛ ਹਮਲਾ ਹੋ, ਆ ਜੈਕਟ ਬੰਨ ਕੇ ਜਿੱਥੇ ਮਰਜ਼ੀ ਫਟ ਜਾਂਦੇ ਨੇ, ਲੈ ਜਾ ਹਾਂ ਜ਼ਮਾਨਤ ਤੇ, ਜੇ ਤੇਰੇ ਆਖੇ ਲੱਗ ਗਿਆ ਨਾ ਤਾਂ ਮਿੰਬਰ ਤੇ ਆਉਣਾ ਮੈਂ ਛੱਡ ਦਿਆਂਗਾ, ਇਹ ਤੂੰ ਛੋਟਾ ਲੈ ਜਾ ਨਾ, ਜ਼ਮਾਨਤ ਦੇ ਕੇ ਲੈ ਜਾ ਅਲੀ ਅਲੀ ਕਰਨ ਵਾਲਾ, ਤੇ ਲੈ ਜਾ ਜਿਸ ਮਾਂ ਨੇ ਇੱਥੇ ਬਿਠਾਇਆ ਹੁਸੈਨ ਅਲੈਹਿਸ ਸਲਾਮ ਦੀ ਮਜਲਿਸ 'ਚ, ਇਹ ਸਾਰੀ ਤੇਰੀ ਜੰਨਤ ਵੇਖ ਕੇ ਤੇ ਤੈਨੂੰ ਇਹ ਬੱਚਾ ਪੁੱਛੇਗਾ। ਇਹ ਬਜ਼ੁਰਗੋ, ਨਬੀ ਤੇ ਫਰਮਾਇਆ ਸੀ ਅਲ ਹਸਨ ਵਲ ਹੁਸੈਨ ਸੈਯਦਾ ਸ਼ਬਾਬ ਅਹਲ ਜੰਨਾ, ਇਹ ਜੰਨਤ ਹੈ ਤੇ ਹੁਸੈਨ ਕਿੱਥੇ ਵੇ? ਹਸਨ ਤੇ ਹੁਸੈਨ ਜੰਨਤ ਦੇ ਨੌਜਵਾਨਾਂ ਦੇ ਸਰਦਾਰ ਨੇ, ਸਿਰ ਉਠਾਣਾ ਮੇਰੇ ਨਾਲ, ਕੁਰਾਨ ਤੇ ਹੱਥ ਰੱਖ ਕੇ ਗੱਲ ਕਰ ਰਿਹਾ, ਕੱਚੀਆਂ ਦਾ ਕੱਤਿਆ ਨਹੀਂ। ਤੇਰਾ ਕੀ ਖਿਆਲ ਹੈ ਕਿਸੇ ਬੋਰਡ ਥੱਲੇ ਬਹਿ ਕੇ ਕਿਸੇ ਮਜ਼ਹਬ ਬਣਾ ਚੜੇ, ਭਾਵੇਂ ਕਿੰਨੀ ਖੂਬਸੂਰਤ ਵਾਦੀ ਹੋਵੇ, ਜਿੱਥੇ ਹੁਸੈਨ ਨਹੀਂ ਉਹ ਜੰਨਤ ਨਹੀਂ। ਜੰਨਤ ਸਿਰਫ ਹਸਨੈਨ ਦੀ ਜਾਗੀਰ ਦਾ ਘਰ ਬਣਾਉਣਾ, ਜੰਨਤ 'ਚ ਘਰ ਬਣਾਉਣਾ ਹੀ, ਮੈਂ ਬੰਦਾ ਹੀ ਨਹੀਂ ਵੇਖਿਆ ਜਿਹੜਾ ਆਖਦਾ ਮੈਂ ਜੰਨਤ 'ਚ ਘਰ ਬਣਾਉਣਾ। ਮੌਲਵੀ ਆਂਦਾ ਜਿਹੜਾ ਇਹ ਕਿੱਟ ਮੁਸੀਬਤ ਦੇਗਾ ਜੰਨਤ 'ਚ ਉਹਦਾ ਮਨ ਬਣੇਗਾ। ਜੰਨਤ 'ਚ ਕੀ ਆਂਦੇ ਨੇ, ਕਮਰਾ ਬਣੇਗਾ, ਜੰਨਤ 'ਚ ਕੁਆਟਰ ਬਣੇਗਾ, ਜੰਨਤ 'ਚ ਮਹੱਲ ਤੇ ਇੱਟਾਂ ਕਿੰਨੀਆਂ, ਇੱਟਾਂ ਕਿੰਨੀਆਂ, ਜਿਹੜਾ ਮੁਸੀਬਤ ਇੱਕ ਇੱਟ ਦੇਗਾ। ਮੈਂ ਕੁਰਾਨ ਦੀ ਇੱਕ ਆਇਤ ਪੜ੍ਹੀ ਹੈ, ਮੈਂ ਦੁਬਾਰਾ ਪੜ੍ਹਨ ਲੱਗਾ, ਅੱਲਾ ਨੇ ਇਹਦੇ ਵਿੱਚ ਜੰਨਤ 'ਚ ਮਕਾਨ ਬਣਾਉਣ ਦਾ ਤਰੀਕਾ ਦੱਸਿਆ ਕਿ ਜੰਨਤ 'ਚ ਮਕਾਨ ਕਿਵੇਂ ਬਣਦਾ, ਬਣਾਉਣਾ ਉਹ ਅੱਲਾ ਨੇ, ਅੱਲਾ ਬਣਾਉਣਾ ਤੇ ਇੱਥੋਂ ਖੋਤੇ ਨਹੀਂ ਜਾਣੇ ਇੱਟਾਂ ਵਾਲੇ। ਉਹਨੇ ਕੁੰਨ ਆਖਣਾ ਤੇ ਫਾਈਆ ਕੋ ਉਸ ਅਮਰ ਕਰਨਾ ਤੇ ਹੋ ਜਾਣਾ, ਬਣਾਉਣਾ ਮਕਾਨ ਅੱਲਾ ਨੇ, ਤਰੀਕਾ ਇੱਕ ਹੀ ਲਿਖਿਆ। ਇਹ ਮੈਂ ਲੱਗਾ ਕੁਰਾਨ ਚੋਂ ਪੜ੍ਹਨ, ਤਰੀਕਾ ਇਹ ਹੀ ਹੈ। ਮੀਟਰ ਈਸਾਈ ਵੀ ਲਵਾਵੇ ਤੇ ਉਵੇਂ ਹੀ ਲੱਗਦਾ, ਮੁਸਲਮਾਨ ਵੀ ਮਿਜਲੀ ਦਾ ਮੀਟਰ ਲਵਾਏ ਤੇ ਉਵੇਂ ਹੀ ਲੱਗਦਾ, ਨਾ ਮੁਸਲਮਾਨਾਂ ਨੂੰ ਮਸੀਤੋਂ ਮੀਟਰ ਲੱਗਦੇ ਨੇ ਤੇ ਨਾ ਉਹਨਾਂ ਨੂੰ ਗਿਰਜੇ ਚੋਂ ਲੱਗਦੇ। ਉਹ ਯਾਰ ਉਹ ਇੱਕ ਹੀ ਤਰੀਕਾ, ਜਾ ਕੇ ਦਰਖਾਸਤ ਦੇ ਦਈਦੀ ਹੈ, ਦਰਖਾਸਤ ਰਿਕਮੈਂਡ ਕਰਦਾ ਉਹ ਅਫਸਰ, ਤੋਂ ਲਾਈਨਮੈਨ ਨੂੰ ਭੇਜਦਾ, ਉਹ ਆ ਕੇ ਡਿਮਾਂਡ ਵੇਂਦਾ ਕਿ ਤੋਂ ਖੰਭਾ ਕਿੰਨਾ ਤੇ ਘਰ ਕਿੰਨਾ, ਉਹ ਡਿਮਾਂਡ ਨੋਟਿਸ ਤਿਆਰ ਕਰਦਾ, ਫਿਰ ਸਿਕਿਉਰਟੀ ਦਿੱਤੀ ਜਾਂਦੀ ਹੈ। ਇਹ ਇੱਕ ਤਰੀਕਾ, ਤੂੰ ਐਕਸੀਅਨ ਦੇ ਦਫ਼ਤਰ 'ਚ ਸਿੱਧਾ ਭੱਜ ਕੇ ਵੜ ਜਾ, ਪੈਸੇ ਤੇ ਸਿਕਿਉਰਟੀ ਤੇ ਵੀ ਲੱਗਦੇ ਨਾ, ਕੱਢ ਕੇ ਪੈਸੇ ਆ ਲਓ ਪੈਸੇ ਤੇ ਲਾਓ ਮੀਟਰ, ਆ ਲਓ ਪੈਸੇ ਤੇ ਲਾਓ ਮੀਟਰ। ਉਹ ਐਕਸੀਅਨ ਆਖੇਗਾ ਇਸ ਪਾਗਲ ਨੂੰ ਬਾਹਰ ਲੈ ਜਾਓ, ਉਹਨੂੰ ਪੁੱਛੋ ਵੀ ਚਲੋ ਬੰਦਾ ਆ ਗਿਆ ਤੇ ਪੈਸੇ ਵੀ ਲੱਗਣੇ, ਲੈ ਲਓ ਤੇ ਮੀਟਰ ਲਾਓ, ਇਸੇ ਕੰਮ ਹੀ ਬੈਠੇ ਹੋ ਨਾ, ਉਹ ਆਉਂਦਾ ਕੋਈ ਤਰੀਕਾ ਵੀ ਹੁੰਦਾ, ਤਰੀਕਾ ਵੀ ਹੁੰਦਾ, ਐਵੇਂ ਮੂੰਹ ਚੁੱਕੇ ਇੱਕ
ਮੇਰਾ ਨਫਸ ਸੁਣ ਲੈ ਐਵੇਂ ਮੂੰਹ ਚੁੱਕੇ ਐਸੇ ਦਾ ਦਫ਼ਤਰ ਹੈ ਆਲੋ ਪਹਿਤ ਲਾਓ ਮੀਟਰ ਇਹ ਸਿੱਧਾ ਤੇ ਐਕਸੀਅਨ ਨੂੰ ਮਿਲੀ ਹੈ ਤੇ ਬੰਦਾ ਬਿਜ਼ਤ ਹੋ ਜਾਂਦਾ ਹੈ ਇਹ ਮੌਲਵੀ ਤੂੰ ਅੱਲਾ ਨੂੰ ਬਗੈਰ ਵਸੀਲਾ ਤੋਂ ਮਿਲਣਾ ਚਾਹੁੰਦਾ ਤੇਰਾ ਕੀ ਬਣਨਾ ਮੌਲਾ ਤੁਹਾਨੂੰ ਆਬਾਦ ਸਾਥ ਰੱਖੇ ਤਰੀਕਾ ਮੈਂ ਕੁਰਾਨ ਚੋਂ ਪੜ੍ਹਨ ਲੱਗਾ ਜੀ ਜੰਨਤ ਬਣਵਾਉਣ ਦਾ ਘਰ ਜਿੰਨੇ ਜਿੰਨੇ ਬਣਵਾਉਣਾ ਬਣ ਜਾਏਗਾ ਸੁਨੀ ਬਣਵਾ ਲਓ ਸ਼ੀਆ ਬਣਵਾ ਲਓ ਵਾਪੀ ਬਣਾ ਲਓ ਰੌਲਾ ਹੀ ਕੋਈ ਨਹੀਂ ਅੱਲਾ ਨੂੰ ਰੌਲਾ ਕੋਈ ਨਹੀਂ ਅੱਲਾ ਫਰਮਾ ਤਰੀਕਾ ਇੱਕ ਹੀ ਤਰੀਕਾ ਇਹ ਹੈ ਜਿਹੜਾ ਮੈਂ ਪੜ੍ਹਨ ਲੱਗਾ ਮੈਂ ਫੇਰ ਪੜ੍ਹਨ ਲੱਗਾ ਜੰਨਤ ਸ਼ੀਆ ਵੀ ਸਾਰੇ ਅਲਹਮਦੁਲਿਲਾ ਬੈਠਾ ਸੁਣ ਲਓ ਇੱਕ ਹੀ ਤਰੀਕਾ ਜੰਨਤ 'ਚ ਘਰ ਬਣਵਾਉਣ ਦਾ ਉਹ ਕੁਰਾਨ 'ਚ ਦਰਜੇ ਅੱਲਾ ਜਦੋਂ ਆਉਂਦਾ ਮੈਂ ਬਣਵਾ ਦੇਣਾ ਉਹ ਜਿਹੜੀ ਗੱਲ ਹੈ ਨਾ ਵੇਖ ਕੇ ਇੱਟ ਮਸੀਤੇ ਦਿਓਗੇ ਤੇ ਮਨ ਬਣ ਜਾਏਗਾ ਇਹ ਜਿਹੜਾ ਮੈਂ ਤਰੀਕਾ ਪੜ੍ਹਨ ਲੱਗਾ ਨਾ ਜੇ ਤਰੀਕੇ ਤੇ ਅਮਲ ਨਾ ਨਾ ਕੀਤਾ ਸਾਰਾ ਪੱਠਾ ਵੀ ਦੇ ਛੱਡੇ ਤੇ ਕੋਈ ਨਾਈਟ ਦੀ ਗੱਲ ਹੀ ਨਹੀਂ ਸਦਕੇ ਜਾਣਾ ਪੜ੍ਹੀਏ ਜੀ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਕੁਲ ਅੱਲਾਹ ਫਰਮਾਦਾ ਇਨਸੇ ਕਹਿ ਦੇ ਮੇਰੇ ਹਬੀਬ ਇਨ ਕਾਨਤ ਲਕੁਮ ਦਾਰੁਲ ਆਖਿਰਤੁ ਅਗਰ ਆਖਿਰਤ ਮੇ ਕੋਈ ਘਰ ਬਣਾਉਣਾ ਚਾਹਤੇ ਹੈ ਅਗਰ ਆਖਿਰਤ ਮੇ ਕੋਈ ਘਰ ਚਾਹਤੇ ਹੈ ਦਾਰ ਦਾ ਮੈਨੂੰ ਘਰ ਹੁੰਦਾ ਅਗਰ ਆਖਿਰਤ ਮੇ ਕੋਈ ਘਰ ਚਾਹਤੇ ਹੈ ਅੱਲਾਹ ਅੱਗੋਂ ਸਿਫਤਾਂ ਅੱਲਾਹ ਬਿਆਨ ਕੀਤੀਆਂ ਨੇ ਤਾਂ ਕਿ ਜ਼ਰਾ ਬੰਦੇ ਨੂੰ ਦਿਲਚਸਪੀ ਹੋ ਜਾਏ ਜਿਵੇਂ ਲੋਕ ਆਉਂਦੇ ਨੇ ਪਿਆਸ ਪਾਰਕ 'ਚ ਘਰ ਬਣਾ ਲਓ ਹਸਪਤਾਲ ਕੋਲ ਹੈ ਬੈਂਕ ਕੋਲ ਹੈ ਸਕੂਲ ਕੋਲ ਹੈ ਅੱਲਾਹ ਫਰਮਾਉਂਦਾ ਇਨ ਦੱਲਾ ਹੀ ਅੱਲਾਹ ਦੇ ਕਰੀਬ ਬਣ ਜਾਏ ਤਾਂ ਰਾਜ਼ੀ ਹੋ ਸਦਕੇ ਜਾਣਾ ਤੁਹਾਡੀ ਸਲਾਹ ਤੋਂ ਸੁਣ ਕੇ ਇਨ ਦੱਲਾ ਹੀ ਅੱਲਾਹ ਦੇ ਕਰੀਬ ਬਣ ਜਾਏ ਅਸਾਂ ਆਖਿਆ ਜੀ ਅੱਲਾਹ ਤੁਹਾਡੇ ਕਰੀਬ ਬਣ ਜਾਏ ਫਿਰ ਤਾਂ ਕਮਾਲ ਹੈ ਉਹ ਘਰ ਦੇ ਬੈਂਕ ਦੇ ਮੈਨੇਜਰ ਦੇ ਕੋਲ ਹੋਵੇ ਤਾਂ ਬੰਦਾ ਲੈਣ 'ਚ ਨਹੀਂ ਲੱਗਦਾ ਰਾਤ ਨੂੰ ਆ ਫਿਰਦਾ ਵੱਡੇ ਮੈਂ ਆਉਣਾ ਜੀ ਮੈਨੇਜਰ ਕੋਲ ਘਰ ਹੋਵੇ ਤਾਂ ਬੰਦੇ ਨੂੰ ਫਾਇਦਾ ਹੋ ਜਾਣਾ ਅੱਲਾਹ ਦੇ ਕੋਲ ਘਰ ਹੋਵੇ ਜੀ ਬਣ ਜਾਏ ਅੱਲਾਹ ਫਰਮਾਉਂਦਾ ਖਾਲਿਸ ਸਤਨ ਖਾਲਿਸ ਕਿਸਮ ਦਾ ਬਣ ਜਾਏ ਰਾਜ਼ੀ ਹੈ ਮੈਂ ਜੀ ਰਾਜ਼ੀ ਅੱਲਾਹ ਫਰਮਾਉਂਦਾ ਮੈਂ ਨਦੂਨ ਨਾ ਸੀ ਇਹ ਲੋਕਾਂ ਤੋਂ ਹਟ ਕੇ ਵੱਖਰਾ ਨਜ਼ਰ ਆਏ ਰਾਜ਼ੀ ਹੈ ਲੋਕਾਂ ਇਹ ਬੰਦਿਆਂ ਦੀ ਆਦਤ ਦੇ ਮੁਤਾਬਿਕ ਅੱਲਾਹ ਗੱਲ ਕਰ ਰਿਹਾ ਆਹ ਜਿਹੜੇ ਬੰਦੇ ਉੱਤੇ ਟੈਂਕੀਆਂ ਤੇ ਫੋਟੋ ਬਾਰ ਬਣਾਉਂਦੇ ਨੇ ਉਹ ਕਾਹਦੇ ਵਾਸਤੇ ਉਹ ਇੱਲਾਂ ਬਣੀਆਂ ਨੇ ਉੱਥੇ ਪਤਾ ਜੀ ਇੱਲਾਂ ਬਣੀਆਂ ਮੈਂ ਇੱਕ ਪੂਰੀ ਕਾਰ ਵੇਖੀ ਟੂਟੀ ਕਾਰ ਹੁੰਦੀ ਸੀ ਮੈਂ ਆਜ਼ਾਦ ਕਸ਼ਮੀਰ ਗਿਆ ਤੇ ਸਾਰੀ ਕਾਰ ਉੱਤੇ ਮੈਂ ਖਿਆਲਦਾ ਉਹ ਕਿੱਥੇ ਕਾਰ ਚਾੜ ਕੇ ਲੱਗ ਉਹਨਾਂ ਆਖਿਆ ਟੈਂਕੀ ਜੇ ਪਾਣੀ ਵਾਲੀ ਇਹਦੇ ਟੈਂਕੀਆਂ ਉੱਤੇ ਬਣਾਉਂਦੇ ਨੇ ਤੇ ਇੱਲਾਂ ਬਣਾਉਂਦੇ ਨੇ ਇਹ ਕਾਹਦੇ ਵਾਸਤੇ ਬਣਾਉਂਦੇ ਨੇ ਸਿਰਫ ਇਸ ਵਾਸਤੇ ਬੱਸ 'ਚ ਬੀਬੀ ਰੌਲਾ ਪਾ ਦੇ ਭਾਈਆ ਮੈਨੂੰ ਇਹ ਇੱਲਾਂ ਦੀ ਕੋਠੀ ਅੱਗੇ ਲਾ ਛੜੀ ਉਹ ਯਾਰ ਕਾਹਦੇ ਵਾਸਤੇ ਬੰਦੇ ਬਣਾਉਂਦੇ ਨੇ ਮਸ਼ਹੂਰੀ ਵਾਸਤੇ ਸਾਡਾ ਵੱਖਰਾ ਨਜ਼ਰ ਆਏ ਮੈਨੂੰ ਕਾਰ ਵਾਲੀ ਕੋਠੀ ਗਿਲਾ ਛੜੀ ਮੈਨੂੰ ਇੱਲਾ ਇੰਨਾ ਅੱਲਾ ਧਿਆਨ ਰੱਖਿਆ ਜੇ ਬੰਦਿਆਂ ਦਾ ਅੱਲਾ ਫਰਮਾਉਂਦਾ ਤੁਹਾਨੂੰ ਆਦਤ ਹੈ ਕਿ ਸਾਡਾ ਮਕਾਨ ਦੁਨੀਆ ਤੋਂ ਵੱਖਰਾ ਹੋਵੇ ਮੈਂ ਦੂਨ ਨਾ ਸੀ ਲੋਕਾਂ ਤੋਂ ਵੱਖਰਾ ਨਜ਼ਰ ਆਏ ਰਾਜ਼ੀ ਹੈ ਮੈਂ ਜੀ ਤੁਹਾਡੇ ਕੋਲ ਹੋਵੇ ਤੇ ਦੁਨੀਆ ਤੋਂ ਵੱਖਰਾ ਨਜ਼ਰ ਆਏ ਕਮਾਲ ਹੈ ਜੀ ਬਣਾ ਬਣਾ ਜੇ ਬਣ ਜਾਏਗਾ ਫਿਰ ਮੈਂ ਬਣ ਜਾਏਗਾ ਕੀ ਕਰਨਾ ਪਏਗਾ ਫਿਰ ਮੈਂ ਇੱਕ ਕੰਮ ਹੈ ਬੈਠਿਆ ਬੈਠਿਆ ਹੋ ਜਾਂਦਾ ਇੱਥੇ ਕਰੋ ਹੁਣ ਬਣ ਜਾਂਦਾ ਇੱਥੇ ਕਰੋ ਤੁਸੀਂ ਵੀ ਹੁਣ ਕਰੋ ਬਣ ਜਾਂਦਾ ਇੱਥੇ ਉੱਠ ਕੇ ਨਾ ਮਸਾਲਾ ਵਿਛਾਣਾ ਪੈਂਦਾ ਨਾ ਕੋਈ ਨੀਤ ਨਹੀਂ ਪੈਂਦੀ ਕੁਝ ਬਿਨਾ ਇੱਥੇ ਬੈਠਿਆ ਬੈਠਿਆ ਅੱਲਾ ਫਰਮਾਉਂਦਾ ਉਹਦਾ ਨਮਾਜ਼ ਪੜ੍ਹ ਕੇ ਜੰਨਤ ਮੰਗਦੇ ਨਾ ਨਮਾਜ਼ ਪੜ੍ਹ ਕੇ ਖਬਰਦਾਰ ਮੈਂ ਅਕਬਰ ਹਾਂ ਤੁਹਾਡਾ ਚੁੱਕਣਾ ਮੇਰਾ ਹੱਕ ਹੈ ਤੇ ਕਿਸੇ ਨੂੰ ਹੱਕ ਦੇ ਕੇ ਅੱਗੋਂ ਮੁਤਾਲਬਾ ਨਹੀਂ ਕਰੀਦੇ ਮੇਰੀ ਬਾਰਗਾਹ 'ਚ ਝੁਕਣਾ ਤੁਹਾਡਾ ਹੱਕ ਹੈ ਜਾਂ ਮਸਜੂਦ ਨੇ ਤੁਸੀਂ ਸਾਜਦ ਬਣੋ ਮੈਂ ਮਾਬੂਦ ਹਾਂ ਤੁਸੀਂ ਆਬਦ ਬਣੋ ਮੈਂ ਮਸ਼ਕੂਰ ਹਾਂ ਤੁਸੀਂ ਸਾਕਰ ਬਣੋ ਮਸ਼ਕੂਰ ਹਾਂ ਤੁਸੀਂ ਸ਼ਾਕਰ ਬਣੋ ਤੇ ਜੇ ਮੇਰੇ ਘਰ ਦਾ ਤਵਾਫ ਕਰ ਆਉਂਦੇ ਤੇ ਚੱਕਰ ਲਾ ਆਉਂਦੇ ਹੋ ਤੇ ਆਪਣੇ ਕੰਮਾਂ ਨੂੰ ਲੋਕਾਂ ਦੇ ਘਰ ਨਹੀਂ ਜਾਂਦੇ ਕੋਈ ਆਪਣੇ ਕੰਮਾਂ ਨੂੰ ਲੋਕਾਂ ਦੇ ਘਰ ਜਾਂਦੇ ਨੇ ਤੇ ਜੇ ਆਪਣੇ ਕੰਮਾਂ ਨੂੰ ਮੇਰੇ ਘਰ ਆ ਜਾਂਦਾ ਤੇ ਜਨਤ ਮੰਗਦੇ ਇਹ ਮੇਰਾ ਹੱਕ ਹੈ ਜਿਹੜਾ ਸਾਰਾ ਉਮਰ ਤੁਹਾਨੂੰ ਰੋਜ਼ੀ ਦੇਣਾ ਇੱਕ ਮਹੀਨਾ ਮੇਰੀ ਮਰਜ਼ੀ ਨਾਲ ਵੀ ਖਾ ਲੋਗੇ ਤੇ ਈਦ ਵਾਲੇ ਦਿਨ ਜਨਾਜ਼ਾ ਨਹੀਂ ਨਿਕਲਦਾ ਪਿੰਡਾਂ 'ਚ ਕਈ ਬੰਦੇ ਆਉਂਦੇ ਨੇ ਰੱਖਣੇ ਨੇ ਰੋਜ਼ੇ ਕਿਸੇ ਵੇਲੇ ਜਦੋਂ ਅੱਲਾ ਮੱਝ ਦੇਗਾ ਸ਼ਰਤਾਂ ਲਾ ਲਾ ਕੇ ਰੋਜ਼ੇ ਰੱਖਦੇ ਜੇ ਮੱਝ ਦੇਗਾ ਤੇ ਨਵੇਰਾ ਹੋਵੇਗਾ ਤੇ ਘਰ ਦੀ ਲੱਸੀ ਹੋਵੇਗੀ ਤੇ ਰੱਖਾਂ ਇੱਕ ਬੰਦਾ ਦੁਆ ਪਿਆ ਕਰਦਾ ਸੀ ਯਾਰ ਅੱਲਾ ਜੇ ਕਰੋੜ ਰੁਪਈਏ ਦੀ ਲਾਟਰੀ ਨਿਕਲ ਪੈਣ ਤੇ ਲੱਖ ਰੁਪਈਆ ਮੈਂ ਮਸੀਤੇ ਦੇ ਦੇ ਬੰਨੇ ਹੋ ਤੇਰੇ ਸੌਦਾਗਰਾਂ ਤੁਸੀਂ ਮੈਂ ਫਾਇਦਾ ਵੇਖੋ ਅੱਲਾ ਨੂੰ ਕੀ ਮੈਂ ਦਿੰਦਾ ਵਿੱਚੋਂ ਤੋ ਜੋ ਰੱਖਣਾ ਜੇ ਨਾ ਮੇਰੇ ਅਜ਼ੀਜ਼ ਦੋਸਤੋ ਅੱਲਾ ਨੇ ਫਰਮਾਇਆ ਬਣਾਉਣਾ ਮੈਂ ਬਣਾ ਦਿਆਂਗਾ ਤੁਸੀਂ ਤਿਆਰ ਹੋ ਮੈਂ ਕਿਹਾ ਮਜਮਾ ਮੁਗਲਪੁਰੇ ਦਾ ਮੈਂ ਤਿਆਰ ਕਰ ਲਿਆ ਬਾਕੀਆਂ ਦਾ ਮੈਨੂੰ ਪਤਾ ਕੋਈ ਨਹੀਂ ਇੱਥੇ ਸਾਰੇ ਅਸੀਂ ਤਿਆਰ ਬੈਠੇ ਹਾਂ ਖਾਲਕਾ ਨਮਾਜ਼ ਤੇਰੀ ਪੜ੍ਹਾਂਗੇ ਤੈਨੂੰ ਅਕਬਰ ਸਮਝ ਕੇ ਰੋਜ਼ੇ ਤੇਰੇ ਰੱਖਾਂਗੇ ਤੈਨੂੰ ਰੋਜ਼ੀ ਰਸਾ ਸਮਝ ਕੇ ਤਵਾਫ ਤੇਰੇ ਘਰ ਦੇ ਕਰਾਂਗੇ ਤੈਨੂੰ ਅਕਬਰ ਸਮਝ ਕੇ ਹਾਂ ਅਸੀਂ
ਘਰ ਜੰਨਤ ਤੇ ਸਾਡਾ ਜ਼ਰੂਰ ਬਣਾ ਦੇ ਕੋ ਮਿਹਰਬਾਨੀ ਕਰ ਅੱਲਾ ਫਰਮਾਉਂਦਾ ਤੁਸੀਂ ਤਿਆਰ ਹੋਵੋ ਮੈਂ ਦੱਸ ਦਿੰਦਾ ਤਰੀਕਾ ਸੁਣ ਲਓ ਜੀ ਤਿਆਰ ਹੋ ਸਾਰੇ ਜੀ ਬਣ ਗਿਆ ਜੇ ਅੱਲਾ ਫਰਮਾਇਆ ਆ ਜਾਓ ਭਾਈ ਘਰ ਬਣਵਾਉਣ ਵਾਲਿਓ ਹਜ਼ਰਾਤ ਇੱਕ ਜ਼ਰੂਰੀ ਐਲਾਨ ਸੁਣੀਏ ਜਿਸ ਜਿਸ ਬੰਦੇ ਨੇ ਜੰਨਤ ਮੈਂ ਘਰ ਬਣਵਾਉਣਾ ਹੈ ਆਜ ਮਜਲਿਸ ਮੈਂ ਆ ਜਾਏ साहब की इस मजलिस में जन्नत में घर बनवाने का तरीका बताया जाएगा और कोई वो नई खबर नहीं कुरान राती नाजल नहीं होया कुरान बड़ी देर दा नाजल है इहदे विच लिखिया तरीका अगर कोई बंदा दसे पे कुरान तो साडे घर भी मौलवी है तुआं ने आज आओ मजलिस इत्थे सुन लो ओ तुहानू मैं दसना लिखिया ओहदे विच भी है जिहड़ा तुहाडे घर कुरान है लिखिया ओहदे विच भी है जिहड़ा शाही मस्जिद विच कुरान है लिखिया ओहदे विच भी है जिहड़ा सऊदी अरब विच कुरान है हर घर वाले कुरान च गल लिखी है मैं पारा दस देना आयत दा नंबर दस देना सूरत दस देना तुहानू क्यों नहीं लब्भा ओ ऐलान सुन लो मेरे मौला अली फरमांदे ने जिसके दिल में हमारा बुग्ज होता है वो कुरान खोलता है कुरान अपने मान ही छुपा ले अज मौलियां नूं अपने अपने बानी पर पैसे देंगे ऐसी गल कोई नहीं बावे खुश होकर उन्होंने दिते मैं ना इस वास्ते आख्या भी सालकोट साडे इलाके च एक बंदा आया तो ए नहीं हुंदा रियाल असौदी रियाल ਇਹ ਕੋ ਤਰ ਗਿਆ ਉੱਥੇ ਕੋ ਦਸ ਪੂਰੇ ਕਿ ਕਿੰਨੇ ਪੰਦਰਾਂ ਰੱਖ ਗਿਆ ਉਹ ਰਿਆਲ ਸੌਦੀ ਬਾਹਰੋਂ ਆਇਆ ਉਹਦੇ ਕੋਲ ਉਹੀ ਸਾਲੋਂ ਰੱਖ ਗਿਆ ਪੰਜ ਦਿਨ ਬਾਅਦ ਮੈਨੂੰ ਫੋਨ ਆਇਆ ਪੇ ਮੇਰੀ ਮਜਲਿਸ ਪੜੋ ਮੈਂ ਕਿੱਥੇ ਫਲਾਣੀ ਜਗ੍ਹਾ ਮੈਂ ਤੁਹਾਡਾ ਕੀ ਤਾਰੂਫ ਉਹਨਾਂ ਆਖਿਆ ਉਹ ਜਿੱਦਣ ਪਤਾ ਚ ਮਜਲਿਸ ਪੜੀ ਸੀ ਤੇ ਮੈਂ ਉਹ ਰਿਆਲ ਰੱਖੇ ਸਾ ਆਇਆ ਤੇ ਉਹ ਮੇਰੀ ਪੜਨੀ ਜੇ ਮੈਂ ਕਿਹਾ ਜੀ ਮੇਰੇ ਕੋਲ ਟਾਈਮ ਕੋਈ ਨੀ ਉਹਨਾਂ ਆਖਿਆ ਟਾਈਮ ਕੋਈ ਨੀ ਹੰਦਾ ਰਿਆਲ ਪੁੱਛ ਕਿਉਂ ਪਾਇਆ मैं मिनता करके वापस किया दूर कोई नहीं सन को सन मैं अपनी बीवी दे छड़े सन मैं इस कि खर्च लेने बीवी दे छड़ा मैं अजे कोल जाने कड़े कि खर्च लेने कोल रखेगी चलो मेरे को रियाज ने मेरे को रिया वो साढ़े घर ही सन वापस किए ने आ तरला करके मैं अजे टाइम को लेकिन बाबे बहुत शुक्रिया मतलब रिस्क इजाफा फरमा ये राणा साहब अज मजलिस दसा जाएगा ऐसे जन्नत घर सदके जावा कि बनता दस दिन लगा मैं जे मेरा मजमा तैयार है छोड़ो लोगों अपनी गल करने असि सारे तैयार हैं ना दिल करता ना पा लो जी काम कर लो जी हूं ही अल्लाह फरमाता तैयार हो जी अल्लाह दे कोल बन जा ठीक जी ठीक सोना ठीक वखरा ठीक मैं क्या की करिए फरमा फतमन्ना वल मौत मौत की तमन्ना करो तकरीर सख्त ना करया करो आराम ना करया करो तुहाडा बहुत ज्यादा तुसी कीमती हो फरमाते सन जान बड़ी कीमती है लेकिन अली से कीमती मेरा मरण तो कोई दिल करता
जे मेरा नहीं करता मैं तो सच्ची बयान ना मैं कुरान सामने रख के झूठ बोल किसी का भी नहीं करता। इतने जरा सब तो वडेरा बाबा बैठा है ना मजलिस तो बाद आखी बाबा जी कदों मरना हो सकता मैं तेन की आखिया यह मतलब है बाबा गुस्सा करता तमन्ना नहीं कर सदके जावाना बाबा भी वडेरा गुस्सा करता तमन्ना नहीं करता तमन्ना करनी नहीं किसी ने एवं किसी झूठ बोलना है आडे खुदकुशी कर देना यह तमन्ना है मौत नहीं यह खुदकुशी है तो हराम है खुदकुशी। वडेरे बाबे बेचारे चाली दुकाना ते बह के जो तो अखबार पढ़ता ना काफ ने भी गोलियां खा ली छीन ने भी खा ली चंगी मौत आई है भाई पूरा नाम नहीं पता दसते काफ ने भी खा ली कणक वालियां गोलियां छीन ने भी खा ली और वो उधर खुदकुशी वो उधर खुदकुशी फोन करके दोवे मर गए तू खा रही ने मैं तो चरुकड़ियां खा रही उस भी फाका मर रहा वो भी हराम मौत है वह भी हराम मौत ते बाबे चावा दुकान तक बह के की आते इश्क अल्लाह दे बंदे आए हराम मौत ही ते कोई नहीं इश्क एक दिन मैं गल दसा लफ्ज इश्क बड़ो चंगी लफ्ज है कुरान च तेरा इस्तेमाल नहीं होया लेकिन सब शुआरा ने लफ्ज इश्क को इस्तेमाल किया मुहब्बत के किसी दर्जे को इश्क आते अड़े बीबिया बंदे मर जाते ना डुब के गोलियां खा के ये सारे हराम मौत मर दें तो बंदे आते इश्क तेन एक गल दसा ये इश्क जिस हुसैन तो हट के किया ना हराम मौत इश्क के दो ही बाप हैं एक करबला है एक दमिश्क है एक का लिखने वाला भाई है दूसरे के लिखने वाली बहन है बाकी सारी फजूलियात बहुत शुक्रिया तमन्ना बोले मौत ना मौत की तमन्ना करो मैं क्या अल्लाह पाक ये चंगी गल दसी असि तो बड़े राजी हो सर मैं जन्नत घर बन जाएगा तुसा काम ही दसा जरा ना सा करना तो ना सा घर किधर बनना है क्योंकि अल्लाह खुद अगली आज फरमाए मेरे हबीब ये कभी भी मौत की तमन्ना नहीं करें हाय हाय जिन्हें बोलना झूठ ही बोल रहे अल्लाह का ला रैब कुरान कह रहे ये कभी भी मौत की तमन्ना नहीं करेंगे ये जानते हैं कि हमने अपने हाथों से क्या कमा रखा ये अपने अमाल तो वाकिफ मेहनत या तन्हाइया तो वाकिफ अबे मुंडिया की नजर च बा इज्जत ने इस वास्ते कि अबे को पूरा जानते ने चाचे भतीजे की नजर च बा इज्जत ने क्योंकि भतीजा चाचे को पूरा जानता मैं सारे नु जानना ना कदी भी मौत की तमन्ना नहीं कर मैं क्या अल्लाह पाक असि तो बड़े राजी सा भी मौत की तमन्ना है तुम दसो कि जरा काम असं करा तो काम ही दसिया तो आप ही पे को होना भी नहीं ये मतलब प्रोग्राम ही कोई नहीं सानू खड़न का प्रोग्राम ही कोई नहीं लो तसली कर लो खालिक फरमाया ध्यान नाल पढ़ जिहड़ा अद्धियां पिछड़ियां आयतां पढ़ के अपना मतलब कढ़े उहनूं यज़ीद कायनात रब तो अल्लाह बात रखे क्या बात बहुत शुक्रिया गलत मतालब किबला करने गलत तशरीहात करनियां तो लोगों को खुश करना कबर च नहीं जाना अल्लाह फरमाता मैंने तुझे कब कहा है मैंने तुझे समझाया है कि मौत की तमन्ना कर अगर घर बनवाना चाहता है जन्नत में करो मौत की तमन्ना अगो पढ़ पढ़ना जी इन कौन तुम स्वाद की करो मौत की तमन्ना अगर तुम सच्चे हो ओए होए गौर नहीं फरमाया ए मौत की तमन्ना सादकीन करते ने साडे वर्गे नहीं करते ए मौत की तमन्ना कौन करते ने सादकीन ना सा मौत की तमन्ना करनी आखो आखो शक आखो ना इंशाअल्लाह साडा कोई घर उथे बनना यार की हो गया जी पासपोर्ट बनवाना तो शनाख्ती कार्ड नहीं चाहिए ते तो कोई शनाख्ती कार्ड ही कोई नहीं बनेगा नहीं बनता तो शर्त है मौत की तमन्ना वो अल्लाह फरमाता तुम करनी नहीं तो फिर करनी नहीं तो कर आ बनना नहीं हूं हौले हो जाते मौत की तमन्ना कर सकता साढ़े चो कोई नहीं है सादकीन का काम है असी सादकीन है नहीं तो मैं दसना मौत की तमन्ना करने वाले दो कौन ने
प्यो छुरी पे तेज करता सी ते पुत्र पुछया किदे वास्ते मैं करना है प्यो आख्या तेरे वास्ते उस आख्या ठीक है चंगा यार टका के जरा बहुत जरा जान जिन्हू आंदे मेरी जान है वह वेख्या जे जिन्हू जान आंदे मैं दो कंडक्टर छुड़ाए सर मर के छुड़ाए बड़े ने सवेरे आंदे सर लड़ पै कोई सवारी ना सिर्फ मैं ते ओ तो लड़ मैं वो पुराने पाक नो कोल हुंदा सी बैग वह मैं किधर रख के मैं कहा यार छड़ दे यार छड़ दे इहनू तेनू की आ बैठा सवेरे सर उस आख्या इन्हें मेरे ओनू गल कड्डी मेरे यार इन्हें मेरे यार नू गल कड्डी मैं तेनू कड्डी उस आख्या मेनू नहीं कड्डी मेरे यार नू कड्डी ते मैं कहा फिर उस आख्या ओनू गल कड़ के जाए कि मैं वह कहानी उस आख्या अपनी जान जिन्हू गल कड्डी ओदी जान बंदे का गुस्सा ही नहीं लिंदा जो किसी की जान नू गल कड्डी जो किसी की जान गल करिए रख मौलवी कुरान हथ बाद रसूल आख्या अनफुसा ना वा अनफुसा को तुम अपनी जाने ना हो हसनैन गए हैं मुबाले में बेटे बन गए जिला में फातिमा गई है निशा बन गए और अली गए हैं मोहम्मद की जान बन गए कुरान की नस से अली मोहम्मद की जान है अली नबी दी जान है अली नबी दी जान है अली नबी दी जान है ते मौलवी जान है ते जहान है अली नबी दी जान है ते जान है ते जहान है मौलवी जिन्हू तू आखे मेरी जान है जेड़ा ओनू गाल कटे तू ओदे गलों नहीं लैंदा जरा 80 साल मुहम्मद की जान नू गाला कटे रज़ी अल्लाह कैसे हो जाएगा बहुत शुक्रिया शुक्रिया अदा कर रहे सब सब दोस्तों का शुक्रिया अदा कर तशरीफ रखो बहुत शुक्रिया ये कुरान है बहुत मेहरबानी किनू आते ने सादगी जेडे मौत की तमन्ना करते हजरत इस्माइल सवेरे नाल काली काली टुरदे सन काली काली के छेती चल ते फेर इनू आते नहीं मौत की तमन्ना थोड़ा यार है कोई जरा जान वो एक नग दे आई है ना वो यार किसी ना किसी तो बंदा समझता ना मेरी जान जान थोड़ा थोड़ी जान है ना उन्होंने कहे दिन आख्या जे यार तेरे ना कम पै वो आखेगा जान भी आ सर गल ही कौन की गल अज रात ना बंद प्रोग्राम एक मेरी बैठक से बारी रा फैर कर दी वो मेरी मर्जी तो तू सौ जा मैं टुट जा मैं जान की गल पै करना वो जरा जान है ना उन्होंने आख्या सही वैसे ही किसा कहते रात को मैं सुने कि बंदे आने ने तो उन्हें बारी रा सलाह पर फैर कर दी मर्जी से तो जी मेरी मंजी है ना सामने उतो मैं टुट जाना ना अज तू तो फिर अपनी जान है अज की रात सिर्फ अज की रात सिर्फ अज की रात तो सिर्फ बंदे किदन आने ने अज तो मैं किदन सौना तू आखेगा वो तू मैनू इस वास्ते जान आंदा कोई अल्लाह जहा बंद तू मेरा सज्जन है वो तू मेरा सज्जन है वो जे इतने रात को बंदे पैण तो दोवे कट्ठे चलने वो दोवे कट्ठे कि टुट जाने तू जाए तो मैं इतने वो की पै करना की पै करना है कुरान तो मेरे दोवे हाथ नहीं एवें ना किसी ने आखी तू मेरी जान है वो सिर्फ नबी कह सकता अली नु तू मेरी बाकी सारा झूठी जिन्या जाना बनिया ने भी झूठिया जाए जिन्या झूठिया भैं बनिया ने झूठिया बंदे दिया त्रै चुसकिया भैं हो एक मोटरसाइकिल तो ले जाए बंदे पुछते ने कौन ये मेरी भैन बनी है अगलिया बनिया तो गुजारा कर हाँ जिड़िया अल्लाह बनाईया ने वह तेन सह दिया फिर ने कभी मिले नहीं जिड़िया अल्लाह बनाईया ना भैं सह दिया ने जी राजा साहब कितने वीर का मूह वेखिए जी बनी है ना
وہ بنی وہ خدا دا نائی اے جیڑی شاید بندیاں بنائی ہے نا بندے دیا پتراری نہیں نے بنائی تم بنا عیب نکلنا جی اللہ بنا عیب نہیں نکلنا ایک دوپٹا بہن نو لے کے دے چھڑ 100 روپیے کا ساری زندگی بہاندی پھردی اتنا ہی نہیں لینی آدھی میں اتنا نہیں لینا میں سانب کے رکھا میرا ویل دیتا جی بنی ہوں آدھی جدو میرا منہ چوکے آ جان تین راج دہی بلے نہیں سڑتے سر برا بنے میرے عزیز دوستو صدقے جانا جان صرف مولا نے آکھا میری جان ہے انفسانا وانفسکم اپنی جانے لاؤ ہم اپنی جانے رہتے ہیں اینو آندا نہیں تمنا ہے موت آکھا اپنی جان نو ایک رات سو وہ آندا یار حملہ بھی اج ہی ہونا ہے تو تو مینو اج ہی سنانا ہے دوویں میرے قرآن دے ہاتھ نے دیگر والے مصطفیٰ نے علی نو گل کیے فرمایا صرف ایک بات ابو طالب کا پوچھتا ہے میں لیٹ جاؤں تو بچ جائے گا سر اٹھا میرے نام پوری رات میرے مولا نے منہ تو کپڑا لا کے ویکھے ہوئے بندے آئے نے کہ نہیں تو میں مجرم ہوں قرآن دی عظمت دی قسم اللہ کی زمین پر پہلا سجدہ شکر ہے جو موت کو دیکھ کے علی نے کیا حمد اللہ تیرا شکر ہے کہ تو نے مجھے محمد کا فدیہ قبول کر لیا یہ ساری رات حضرت علی تمنا موت کر کے سوتے آسانی کرنی جی وہ صادقین دا کام کدا کام ہے صادقین دا ہن سارے آرام نال بن جاؤ نہ سا موت دی تمنا کرنی تے نہ ساڈا کوئی کار بننا سارے آخر مولوی نال لا لیں میں لگتا سب کہ مولوی پہ جمعہ چلتا سی سیمنٹ دی بوری چاہیے سیمنٹ دی بوری تے سارا مجمع نال لگا جمعہ چ سارے آخر چاہیے اور لوگ تے سیمٹا نال بندے لا لیندے نے میں تے تہانوں پکی گل قرآن دی میں سنانا پہ نہ سا موت دی تمنا کرنی تے نہ ساڈا کوئی گھر بننا بے فکر ہو جاؤ جی اوتھے صرف صادقاں دے گھر نے میں تقریر پہ کرتا سا جی دیکھو جی یہ تر اشارے نے انہوں نے مکا دینا اتنے گھر نے جنت چ صادقین دے اس تو علاوہ ایک کلونی اتنے ہے سہی اتنے گھر نے کاذبین دے صادقین آتے نے سچیاں نو کاذبین آتے نے جھوٹیاں نو بچے پہ بندے نے مولوی گلا دو کرنے کہ انگلا تر کھڑیاں کی ایک میری انگلی خراب نہیں معاف کرنا جان کے میں کیتی اے نے صادقین ادھر ویکھو جی اے نے کاذبین میں ٹیچر رہا جی سمجھانا مینو انج آتا سی جڑا سب تو چھوٹا بال بیٹھا مینو سمجھا چھڑنا اے صادقین انہاں دے گھر کتھے نے جنت وچ اے کاذبین جھوٹے انہاں دے گھر کتھے نے جی جہنم وچ میرے نو ویکھو یار مسجد چ تشریف رکھو بڑی اچھی جگہ اندر پکھے لگے تو جو ہے بڑا اچھا تو ایتھے نہیں ہوتا کوئی فکر نہ اے کون نے سارے نہیں بولے صادقین اے انہاں دے گھر کتھے نے انہاں دے گھر جہنم وچ اے صادقین تے موت دی تمنا کیتی ہے نا انہاں دے گھر بنے نے نا میرا خیال تو میں قریب کر لوں میرا قرآن تے ہاتھی لا الہ الا اللہ محمد رسول اللہ علی و ولی اللہ اے جڑے نبی مبالغ وچ کھڑے سن نا وہ صادقین کیونکہ لعنت اللہ ہے علی کاذبین جڑے کاذبین تے لعنت کرن گئے نے وہ صادقین سن تے بس اس قسم دے سارے ذہن چ رکھو پہلے محمد تو لے کے آخری محمد تک اے نے صادقین انہاں دے گھر کتھے نے جنت انہیں کی کیتا بلا صدقے جاواں بھائی موت دی تمنا کیتی انہیں کی کیتا انہیں دے گھر جہنم وچ بن گئے کچھ کیتا تے ہے نا دساں دساں اے اینا نال لڑ پے نے بھائی کیا بات ہے سارے کھا میرے نال جڑا سچیاں نال لڑ پیا ہے او دا گھر جہنم وچ اینا بنوائے نے محنت نال انہاں بنوائے انہاں نہ لڑکے
ਇਹ ਸਾਦਕੀਨ ਇਹ ਕਾਜ਼ਬੀਨ। ਮੇਰਾ ਇੱਕ ਦੋਸਤ ਹੈ ਨਦੀਸ ਮੌਲਵੀ, ਉਹਦਾ ਪੱਠਾ ਵੀ ਆਪਣਾ ਤੇ ਨਾਲ ਮਸਜਿਦ ਵੀ ਰੱਖੀ। ਉਹ ਮੈਂ ਤਕਰੀਰ ਪਿਆ ਕਿਤੇ ਕਰਦਾ ਸਾਂ, ਇਹ ਕਿਤੇ ਮੌਤੋਂ ਹਯਾਤ ਤੋਂ ਇਹ ਜੀ ਮੈਂ ਇਸ਼ਾਰੇ ਪਿਆ ਕਰਦਾ, ਉਹ ਵੇਖ ਕੇ ਟੁਰ ਗਿਆ ਮੋਟਰਸਾਈਕਲ ਦੇ ਮਗਰੋਂ ਮੈਨੂੰ ਮਿਲਿਆ। ਆਂਹਦਾ ਤੂੰ ਤਕਰੀਰ ਕਰ ਨਾ ਕਿ ਮਦਾਰੀ ਕਰ। ਮੈਂ ਕੀ ਹੋਈ? ਉਹ ਆਂਹਦਾ ਤੂੰ ਐਵੇਂ ਬੰਦੇ ਬੰਨ ਕੇ ਪਾਏ ਛੱਡਣਾ, ਬੰਦੇ ਤੂੰ ਬੰਨ ਛੱਡਣਾ, ਗੱਲਾਂ ਐਸੀਆਂ ਕਰਨਾ। ਗੱਲ ਕੋਈ ਨਹੀਂ, ਯਾ ਜਨਤੀ ਹੁੰਦੇ ਨੇ ਤੇ ਯਾ ਜਹਨਮੀ ਹੁੰਦੇ ਨੇ, ਤੂੰ ਤੀਸਰੀ ਉਂਗਲੀ ਕਿਉਂ ਚੁੱਕੀ? ਇਹ ਕੌਣ ਨੇ? ਇਹ ਮੈਂ ਤੂੰ ਤੇ ਮੈਂ ਕਿਆ ਬਾਤ ਹੁੰਦੀ? ਮੈਂ ਕਿਹਾ ਤੂੰ ਤੇ ਮੈਂ ਬੰਦੇ ਬੰਨ ਕੇ ਮੰਨਣਾ ਨਾ। ਮੈਂ ਤੂੰ ਮੌਲਵੀ ਯਾਰ ਮੇਰਾ, ਤੂੰ ਹੀ ਜਾ ਕੇ ਵਿਖਾ, ਮੈਂ ਤੈਨੂੰ ਪੁੱਛਣਾ ਤੂੰ ਤੇ ਮੈਂ ਰਲ ਕੇ ਦੱਸਦਾ ਮੈਨੂੰ ਜ਼ਿੰਦਗੀ 'ਚ ਕਦੀ ਝੂਠ ਬੋਲਿਆ ਹੀ ਕਿ ਨਹੀਂ? ਹੋ ਸਕਦਾ ਬੜੇ ਹੋ ਜਾਂਦਾ ਵਾਧਾ ਘੱਟਾ ਪਾ। ਮੈਂ ਸਾਦੇ ਕੀ ਨਾ, ਸਾਦੇ ਕੀ ਨਾ, ਸੱਚੇ ਆ ਸੀ ਕਹਿਣ ਲੱਗਾ ਨਹੀਂ, ਤੇ ਮੈਂ ਫਿਰ ਝੂਠਾ ਹੀ ਹੋਇਆ ਨਾ। ਨਹੀਂ ਓਏ ਮੈਂ ਕਿਹਾ ਸਕਦਾ ਤੀ ਸਾਰੀ ਜ਼ਿੰਦਗੀ ਸੱਚ ਹੀ ਬੋਲਿਆ, ਝੂਠ ਨਹੀਂ ਬੋਲਿਆ, ਅਸੀਂ ਕਿਸੇ ਵੇਲੇ ਬੋਲਣਾ ਪਈ ਬੋਲ ਲੈਂਦੇ ਹਾਂ, ਤੇ ਮੈਂ ਫਿਰ ਅਸੀਂ ਸੱਚੇ ਹਾਂ। ਮੈਂ ਕਿਹਾ ਨਹੀਂ, ਤੇ ਮੈਂ ਫਿਰ ਝੂਠਾ ਹੀ ਹੋਇਆ ਨਾ। ਨਹੀਂ ਕਾਲ ਲੜਦਾ ਨਹੀਂ, ਮੈਂ ਤਾਂ ਉਂਗਲੀ ਚੁੱਕੀ ਹੈ ਨਾ ਤੇ ਆਵਾਜ਼ ਰਵੋ ਸਰ ਉਠਾਓ, ਬਿਲਕੁਲ ਕਰੀਬ ਆ ਗਿਆ ਜੀ। ਨਾ ਅਸੀਂ ਸਾਦੇ ਕੀ ਨਾ, ਨਾ ਅਸੀਂ ਕਾਜ਼ਬੀ ਨਾ, ਇਹਨੂੰ ਮੈਂ ਅੱਛੇ ਤਰੀਕੇ ਨਾਲ ਬਿਆਨ ਕਰਨਾ ਕਿਵੇਂ? ਸਾਦੇ ਕੀ ਨਾ ਅਸੀਂ ਬਣ ਨਹੀਂ ਸਕਦੇ ਤੇ ਕਾਜ਼ਬੀ ਅਸੀਂ ਬਣਨਾ ਨਹੀਂ ਚਾਹੁੰਦੇ। ਯਾਰ ਪੰਜਾਬੀ ਦੇ ਨਾਲ ਲੱਗੋ ਨਾ, ਸਾਦੇ ਕੀਨ ਤੇ ਅਸੀਂ ਬਣ ਨਹੀਂ ਸਕਦੇ। ਸਾਦੇ ਕੀਨ ਤੇ ਉਹ ਹੁੰਦੇ ਨੇ ਕੱਪੜੇ ਦਰਜ਼ੀ ਨੂੰ ਨਾਮ ਹੀ ਦਿੱਤੇ ਹੋਣ ਤੇ ਆਖਣ ਦਿੱਤੇ ਨੇ ਤੇ ਉਹਨਾਂ ਦੀ ਸਦਾਕਤ ਐਵੇਂ ਕਿ ਜਬਰੀਲ ਆਉਂਦਾ ਨਾ ਖਿਆਤ ਹਸਰੈ। ਇਹ ਨੇ ਸਾਦੇ ਕੀਨ, ਸਾਦੇ ਕੀਨ ਅਸੀਂ ਬਣ ਨਹੀਂ ਸਕਦੇ ਤੇ ਕਾਜ਼ਬੀਨ ਅਸੀਂ ਬਣਨਾ ਨਹੀਂ ਚਾਹੁੰਦੇ। ਮੈਂ ਮੌਲਵੀ ਆ ਹੂੰ ਅਸੀਂ ਆ ਖਲੋ ਰਿਹਾ ਹੁੰਦਾ ਯਾਰ ਗਲਤ ਠੀਕ। ਮੈਂ ਫਸ ਗਿਆ ਨਾ, ਇੰਜ ਫਸਦਾ ਨੀ ਬੰਦੇ। ਆਂਹਦਾ ਅਗਲੀ ਗੱਲ ਦੱਸ, ਮੈਂ ਨਹੀਂ ਦੱਸਣ। ਉਹ ਮੇਰਾ ਮਗਰ ਚੜ ਗਿਆ, ਆਂਹਦਾ ਜਾਣਾ ਕਿੱਥੇ? ਮੈਂ ਪੁੱਛ ਕੇ ਚੜ ਪਰੇਸ਼ਾਨ ਹੋ ਗਿਆ। ਮੈਂ ਚਲੋ ਦੱਸ ਦਿੰਦੇ ਮਸਾਕ ਨਾ ਯਾਰ ਸੀ ਮੇਰਾ। ਮੈਂ ਕਿਹਾ ਆਹ ਨੇ ਸਾਦਕੀਨ, ਆਹ ਨੇ ਕਾਜ਼ਬੀਨ, ਆਹ ਸੱਚੇ ਤੇ ਆਹ ਝੂਠੇ। ਆਂਹਦਾ ਯਾਰਾ ਜੇ ਆਹ ਅਸੀਂ ਆ ਵਾਕਈ, ਨਾ ਸੱਚੀ ਸਾਦਕੀਨ ਚੋਂ ਤੇ ਕਾਜ਼ਬੀਨ ਤੂੰ ਵੀ, ਅਸੀਂ ਨਹੀਂ, ਅਸੀਂ ਆ ਹੀ ਹਾਂ, ਅਸੀਂ ਕਰਦੇ ਫਿਰ ਕੀ? ਮੈਂ ਤੇਰਾ ਮੈਨੂੰ ਪਤਾ ਨਹੀਂ, ਮੈਂ ਇਹਨਾਂ ਤੇ ਮੈਂ ਦਰੂਦ ਪੜ੍ਹਨਾ ਇਹਨਾਂ ਤੇ। ਮਹਾਰਾਜ ਜੀ ਤੁਹਾਨੂੰ ਆਵਾਜ਼ ਰੱਖੇ ਬੜੀ ਖੈਰ ਵਾਲੀ, ਬਹੁਤ ਸ਼ੁਕਰੀਆ। ਨਿਵਾਜ਼ ਬੜੀ ਤਰਤੀਬ ਨਾਲ ਤੁਸੀਂ ਸੁਣਿਆ। ਮੈਂ ਕਿਹਾ ਇਹਨਾਂ ਤੇ ਅਸੀਂ ਸਲਵਾਤ ਪੜ੍ਹਨੇ ਹਾਂ, ਤੁਹਾਡਾ ਸਾਨੂੰ ਪਤਾ ਨਹੀਂ, ਤੇ ਇਹਨਾਂ ਤੇ ਅਸੀਂ ਝੂਠਿਆਂ ਤੇ ਲਾਨਤ ਕਰਨੇ। ਮੇਰੇ ਮੂੰਹ ਨੂੰ ਇਹਨਾਂ ਤੇ ਮੈਂ ਸਲਵਾਤ ਤੇ ਨਾ ਲਾਨਤ, ਮੈਂ ਕੁਰਾਨ ਦੀਆਂ ਦੋਵੇਂ ਤਬਾਹ ਦੇਣ। ਆਂਹਦਾ ਠੀਕ। ਮੈਂ ਇਸ ਗੱਲ ਦਾ ਜਾਂ ਮੈਨੂੰ ਪਤਾ ਤੇ ਜਾਂ ਇੱਕ ਬੰਦੇ ਨੂੰ ਪਤਾ, ਪਹਿਲਾਂ ਅਸੀਂ ਫੌਤ ਹੋ ਗਏ। ਕਾਹਦਾ? ਮੈਂ ਇਹਦਾ ਸਾਦਕੀਨ ਤੇ ਕਾਜ਼ਬੀਨ ਤੇ ਇਸ ਗੱਲ ਦਾ ਫੌਤ ਹੋ ਗਿਆ। ਅਰੇ ਉਹ ਕੌਣ ਸੀ? ਮੈਂ ਅਲਾਮਾ ਇਕਬਾਲ। ਅਲਾਮਾ ਇਕਬਾਲ ਤੋਂ ਬਾਅਦ ਮੌਲਵੀ ਤੇਰੇ ਤੱਕ ਵਿੱਚ ਸਿਆਣਾ ਹੀ ਕੋਈ ਨਹੀਂ ਆਇਆ। ਮੈਂ ਬੜੇ ਬੜੇ ਸਿਆਣੇ ਆਏ ਨੇ, ਸਾਡੇ ਤੋਂ ਬੜੇ ਬੜੇ ਸਿਆਣੇ ਗੁਜ਼ਰੇ ਨੇ, ਲੇਕਿਨ ਮੈਨੂੰ ਯਾ ਉਹਦਾ ਚੇਤਾ ਤੇ ਯਾ ਆਪਣਾ ਚੇਤਾ। ਜਾਂ ਮੈਂ ਪੰਜਾਬੀ 'ਚ ਗੱਲ ਕੀਤੀ ਕਿ ਇਹ ਸਾਦਕੀਨ ਨੇ ਤੇ ਇਹ ਕਾਜ਼ਬੀਨ ਨੇ, ਇਹ ਜਨਤੀ ਤੇ ਇਹ ਜਹਨਮੀ ਨੇ ਤੇ ਇਹ ਅਸੀਂ ਹਾਂ। ਇਹ ਉਹਨੇ ਇੱਕ ਵਾਰੀ ਆਖਿਆ ਸੀ। ਮੈਂ ਕੀ? ਮੈਂ ਕਿਹਾ ਉਹ ਜਨਤੀਆਂ ਨੂੰ ਨੂਰੀ ਆਉਂਦਾ ਤੇ ਦੋਸਤੀਆਂ ਨੂੰ ਨਾਰੀ ਆਉਂਦਾ। ਉਸ ਆਖਿਆ ਸੀ ਅਮਰ ਸੇ ਜ਼ਿੰਦਗੀ ਬਣਤੀ ਹੈ, ਜੰਨਤ ਵੀ ਜਹਨਮ ਵੀ, ਯੇ ਖਾਕੀ ਆਪਣੀ ਫਿਤਰਤ ਮੇਂ ਨਾ ਨੂਰੀ ਹੈ ਨਾ। ਮੈਂ ਬੋਲੋ ਯਾਰ, ਬੰਦਾ ਕਿਸੇ ਵੇਲੇ ਕਣਕ ਵੀ ਜਾਂਦਾ। ਮੈਂ ਕਿਹਾ ਯਾਰ ਨਾ ਜੰਨਤ ਤੇ ਜਾਣਾ ਤੇ ਫਿਰ ਮੈਂ ਘਰ, ਉਹ ਤੇ ਬਣਦਾ ਹੀ ਨਹੀਂ ਨਾ, ਨਾ ਮੌਤ ਦੀ ਤਮੰਨਾ ਕਰਨੀ ਤੇ ਨਾ ਬਣਨਾ, ਤੂੰ ਕਿੱਥੇ ਜਾਣਾ? ਅਸੀਂ ਨਾਲ ਕਹੀ ਨਾਲ। ਮੈਂ ਕਿਹਾ ਜੰਨਤ ਅੱਲਾ ਫਰਮਾਇਆ ਰਹਿਤ ਕਰ ਦਿੰਦਾ,
तू जन्नत इन जोगा नहीं सहना, तू मौत की तमन्ना करनी नहीं, तेरे नाल रहत करना, कितने जाने जन्नत। या यूहन्ना दीना आमनु तकुल्लाहा वकूनु मा सादिकी, अगर तुम सादिकीन बन नहीं सकते उनका साथ ही दे दो। ਕੋਠੀ ਕਿਸੇ ਦੀ ਇੱਥੇ ਮੈਂ ਹੁਣ ਆਖਣਾ ਮੁੰਤਜ਼ਰ ਸਾਹਿਬ ਮੈਂ ਅੱਜ ਇੱਥੇ ਰਹਿਣਾ, ਉਹਨਾਂ ਹਰੌਲੇ ਕੋਈ ਨੀ, ਘਰ ਤੁਹਾਡਾ ਆਪਣਾ। ਅਜੇ ਉਹ ਕੁੰਦੇ ਹੋਣਗੇ ਤੇ ਨਾਲ ਇੱਕ ਬੋਲਣਗੇ ਪੱਟੀ ਸਾਹਿਬ, ਉਹ ਛੱਡ ਹੋਵੋ ਸਾਹਿਬ, ਤੁਸੀਂ ਮੁੰਤਜ਼ਰ ਸਾਹਿਬ ਆਪਣਾ ਕੰਮ ਕਰੋ, ਤੁਹਾਡੇ ਨਾਲ ਪ੍ਰਾਹੁਣੇ ਬਥੇਰੇ ਆਏ ਨੇ, ਮੁਲ ਸਾਹਿਬ ਆਓ ਤੁਹਾਡਾ ਆਪਣਾ ਘਰ, ਉਹ ਤਾਂ ਸ਼ਾਹ ਜੀ ਬੋਲਣਗੇ ਰਹਿਣਾ ਚਾਹੁੰਦੇ ਤੇ ਤੁਹਾਡਾ ਆਪਣਾ ਘਰ। ਉਹ ਆਉਂਦਾ ਤੇਰਾ ਆਪਣਾ ਘਰ, ਇੱਧਰ ਆ ਜਾ, ਉਹ ਆਉਂਦਾ ਇੱਧਰ ਆ ਜਾ, ਉਹ ਆਉਂਦਾ ਇੱਧਰ ਆ ਜਾ, ਪੈਸੇ ਕਿਸੇ ਦੇ ਲੱਗੇ ਨੇ, ਕੋਠੀ ਕਿਸੇ ਦੀ, ਏਸੀ ਕਿਸੇ ਦਾ, ਬਿੱਲ ਕਿਸੇ ਦੇਣਾ, ਮਾਲਕ ਕੋਲ, ਉਹ ਆਉਂਦਾ ਇੱਧਰ ਆ ਜਾ, ਉਹ ਆਉਂਦਾ ਇੱਧਰ ਆ ਜਾ। ਇਹਦਾ ਮਤਲਬ ਹੈ ਜਿੱਥੇ ਕਰਨਾ ਨਾ ਹੋਵੇ, ਜਿਨ੍ਹਾਂ ਦੇ ਹੋਣ ਉਹਨਾਂ ਨਾਲ ਤਾਲਕ ਠੀਕ ਹੈ। ਆਪਣਾ ਘਰ ਨਾ ਹੋਵੇ, ਉੱਥੇ ਜਿੰਨਾ ਦੇ ਹੋਣ ਉਹਨਾਂ ਨਾਲ ਤਲਕ ਠੀਕ ਰੱਖੇ ਤੇ ਉਹ ਆਂਦਾ ਮੇਰਿਆ ਲਾ ਜਾ, ਉਹ ਆਂਦਾ ਮੇਰਿਆ ਲਾ ਜਾ, ਉਹ ਆਂਦਾ ਮੇਰਿਆ ਲਾ ਜਾ, ਉਹ ਆਂਦਾ ਮੇਰਿਆ ਲਾ ਜਾ। ਮਰਨ ਤੋਂ ਪਹਿਲਾਂ ਇਹਨਾਂ 14 ਨਾਲ ਤਲਕ ਇੰਜ ਬਣਾ, ਤੈਨੂੰ ਖੱਜਲ ਨਾ ਹੋਣਾ ਪਏ। ਜਾਂ ਫਿਰ ਸਾਦਤ ਆਖੇ ਮੇਰਿਆ ਲਾ ਜਾ, ਮੁਹੰਮਦ ਬਾਕੇ ਆਖੇ ਮੇਰਿਆ ਲਾ ਜਾ, ਅਲੀ ਰਜ਼ਾ ਆਖੇ ਮੇਰਿਆ ਲਾ ਜਾ, ਇਮਾਮ ਮਾਦੀ ਆਖੇ ਮੇਰਿਆ ਲਾ ਜਾ। Allah'a emanet olun.